ਰਾਗ ਦੇਵ ਬੰਧਾਈ ਮਹਲਾ ਪੰਜਵਾਂ। ਸਤਿਗੁਰੂ ਜੀ ਮਹਾਰਾਜ ਜੀ ਕਹਿੰਦੇ ਨੇ ਮਾਈ ਜੋ ਪ੍ਰਭ ਕੀਰਤਨ ਗਾਵੇ, ਮਹਾਰਾਜ ਜੀ ਕਹਿੰਦੇ ਨੇ ਇਹ ਮੇਰੀ ਮਾਤਾ ਇਹ ਮੇਰੀ ਪੁੱਤਰੀ ਜਿਹੜੇ ਪ੍ਰਭੂ ਦੇ ਗੁਣ ਗਾਉਂਦਾ ਹੈ ਸਫਲ ਆਇਆ, ਜੀਵਨ ਫਲ ਤਾਂ ਕੋ ਪਾਰ ਰੰਗ ਲਗਾਵੇ ਉਹਦਾ ਆਇਆ ਸਫਲਾ ਹੈ। ਕਿਉਂਕਿ ਮਹਾਰਾਜ ਜੀ ਕਹਿੰਦੇ ਸੁਣੇ ਘਰ ਦਾ ਪਾਹੁਣਾ ਜਿਉਂ ਆਗਤ ਹੋ ਜਾਏ, ਜਿੱਦਾਂ ਪਰਿਵਾਰ ਨੇ ਕਿੰਨੇ ਸੋਹਣੇ ਪ੍ਰਬੰਧ ਕੀਤੇ ਨੇ, ਜੇ ਕੋਈ ਬਾਹਰ ਆ ਰਿਹਾ ਆਓ ਭਗਤ ਕਰਦੇ ਨੂੰ ਜੀ ਆਇਆ ਜੀ ਜਗਣ ਜੀ ਤਿਆਰੀ ਕੀਤੀ ਹੈ। ਸਤਿਗੁਰੂ ਜੀ ਮਹਾਰਾਜ ਜੀ ਨੇ ਸਜੇ ਬੈਠੇ ਸੱਚਖੰਡ ਦੀ ਹਾਜ਼ਰੀ ਵੀ ਲੱਗ ਰਹੀ ਹੈ। ਤੇ ਜੇ ਇੱਥੇ ਘਰ ਵਿੱਚ ਕੋਈ ਆਵੇ ਕੋਈ ਬੁਲਾਵੇ ਨਾ, ਕੋਈ ਸਵਾਲ ਵੀ ਕਰਨ ਵਾਲੇ ਨਾ ਹੋਵੇ, ਮਹਾਰਾਜ ਜੀ ਕਹਿੰਦੇ ਜਿੱਦਾਂ ਦਾ ਆਇਆ ਉਦਾਂ ਦਾ ਹੀ ਚਲਿਆ ਗਿਆ, ਕੋਈ ਫਾਇਦਾ ਨਹੀਂ। ਪਰ ਜਿਹੜਾ ਜਪਦਾ ਹੈ ਝੰਡਾ ਹੈ ਮਹਾਰਾਜ ਜੀ ਕਹਿੰਦੇ ਉਹਦਾ ਆਇਆ ਸਫਲਾ ਹੈ, ਅਬੜੇ ਆਨੰਦ ਸਹਿ ਸਤਿਗੁਰ ਜੀਆਂ ਦਾ ਪਾਵਨ ਬਚਨ ਮਹਾਰਾਜ ਜੀਆਂ ਦੇ ਰੁਚੇ ਰਾਜ ਸਰਵਨਿਕਲੇ।
ਹਾਲ ਦੱਸ